ਕੱਲ ਵੀ ਪਰਸੋਂ ਵੀ ਤੇ ਅੱਜ ਵੀ ਆਪਣੇ ਬਿਆਨ ਤੇ ਕਾਇਮ ਕੀ ਅੱਜ ਅਸੀਂ ਚੰਦ ਅੱਤਵਾਦੀਆਂ ਦੇ ਅੱਗੇ ਘੁੱਟਣੇ ਟੇਕਦੇ ਕੀ ਸਰੈਂਡਰ ਕਰ ਦਈਏ ਕੀ ਇਸ ਦਾ ਇਸ ਦੇਸ਼ ਦਾ ਵਿਕਾਸ ਅਮਨ ਸ਼ਾਂਤੀ ਚਾਰ ਗੁੰਡੇ ਭੰਗ ਕਰ ਦੇਣਗੇ ਇੱਕ ਗੱਲ ਨੂੰ ਯਾਦ ਰੱਖਣਾ ਅੱਤਵਾਦੀ ਦੇ ਨਾਲ ਉਹਦੇ ਮਨਸੂਬੇ ਨੂੰ ਮਾਰਨ ਦੀ ਲੋੜ ਹੈ ਔਰ ਉਹਦਾ ਮਨਸੂਬਾ ਕਿੱਦਾਂ ਮੁੜਦਾ ਕਿ ਵਿਕਾਸ ਦੇ ਕੰਮ ਚੱਲਦੇ ਰਹਿਣ ਇਸ ਦੇਸ਼ 'ਚ ਇਸ ਸੂਬੇ ਦੇ ਵਿੱਚ ਅਮਨ ਅਮਾਨ ਉਹ ਚੱਲਦਾ ਰਹੇ ਔਰ ਜਿਨ੍ਹਾਂ ਨੇ ਘਿਨਾਉਣਾ ਕਾਜ ਕੀਤਾ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਜਾਵੇ ਕੁਚਲ ਦਿੱਤਾ ਜਾਵੇ ਕਰਦਾ ਕੋਈ ਹੈ ਅਤੇ ਮਰਦਾ ਕੋਈ ਹੈ ਪਾਕਿਸਤਾਨ ਦੇ ਦੋਸ਼ੀ ਮੇਰੀ ਗੱਲ ਸੁਣ ਭਾਈ ਕਿਸੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਦੀ ਕਿਸੇ ਗਰਭਵਤੀ ਮਾਂ ਦੇ ਗਰਭ ਦੇ ਵਿੱਚ ਪਏ ਬੱਚੇ ਨਾਲ ਦੁਸ਼ਮਣੀ ਹੋ ਸਕੀ ਹੈ ਕਿਸੇ 90 ਸਾਲ ਦੇ ਬਜ਼ੁਰਗ ਨਾਲ ਜਿਨ੍ਹਾਂ 'ਤੇ ਬੰਬ ਚੱਲਦੇ ਆ ਅੰਤਾਂ ਵਿਛੀਆਂ ਹੁੰਦੀਆਂ ਕੌਣ ਹੁੰਦੇ ਨੇ ਦੇਖਿਆ ਕਦੇ ਉਹਨਾਂ ਨਾਲ ਤੇਰੀ ਦੁਸ਼ਮਣੀ ਹੋ ਸਕਦੀ ਹੈ ਕਿਸੇ 2 ਸਾਲ ਦੇ ਬੱਚੇ ਦੀ ਕਿਸੇ ਨਾਲ ਦੁਸ਼ਮਣੀ ਹੋ ਸਕਦੀ ਹੈ ਜਿਨ੍ਹਾਂ ਨੇ ਇਹ ਕੀਤਾ ਉਹ 20 ਸਾਲ ਦੇ ਫਿਰਦੇ ਆ ਹੁਣ ਛੱਡ ਗਿਆ ਸੀ ਉਹਨਾਂ ਨੂੰ ਤੇ ਉਹਨਾਂ ਨੂੰ ਲਿਆਂਦਾ ਉਹ ਸਵਾਲ ਸਾਰੇ ਆ ਮੈਂ ਕਿਹਾ ਸਵਾਲ ਤਾਂ ਦੇ ਬੰਦੇ ਨੇ ਬੜਾ ਸਿੱਧਾ ਸਵਾਲ ਹੈ ਇਹੀ ਬੰਦੇ ਨੇ ਨਾ ਇਹਨਾਂ ਨੂੰ ਛੱਡ ਕੇ ਕੌਣ ਆਇਆ ਸੀ ਠੀਕ ਹੈ ਕਿ ਨਹੀਂ ਤੇ ਲਿਆਓ ਸਜ਼ਾ ਦਿਓ ਇਹਨਾਂ ਨੂੰ ਦਿਓ ਸਜ਼ਾ 100 ਵਾਰ ਸਜ਼ਾ ਦਿਓ ਦੇਖੋ ਇੱਕ ਗੱਲ ਨੂੰ ਸਮਝੋ ਇਸ ਦੇਸ਼ ਦੀ ਭਾਵਨਾ ਕੀ ਹੈ ਉਹੀ ਮੇਰੀ ਆਤਮਾ ਦੀ ਆਵਾਜ਼ ਹੈ ਮੇਰੀ ਰੂਹ ਦੀ ਆਵਾਜ਼ ਹੈ ਮੇਰੀ ਪਾਰਟੀ ਦਾ ਇੱਕ ਸਟੈਂਡ ਮੈਂ ਉਹ ਸਟੈਂਡ ਦੇ ਉੱਤੇ ਅਟਲ ਖੜਾ ਹੁਣ ਕੋਈ ਉਹਨੂੰ ਘੁਮਾਈ ਫਿਰੀ ਜਾਵੇ ਉਹ ਮੇਰਾ ਕਸੂਰ ਤਾਂ ਨਹੀਂ ਮੈਂ ਕਿੱਥੇ ਕਿਹਾ ਵੀ ਅੱਤਵਾਦੀ ਨੂੰ ਸਜ਼ਾ ਨਾ ਦਿਓ ਕਿਹੜੀ ਥਾਂ ਦੇ ਉੱਤੇ ਕਿਹਾ ਔਰ ਕਿਹਨੂੰ ਕਿਹਾ ਕਿਸੇ ਦਾ ਨਾਂ ਲਿਆ ਮੈਂ ਜਿਨ੍ਹਾਂ ਨੇ ਕੀਤਾ ਉਹਨੂੰ ਸਖ਼ਤ ਤੋਂ ਸਖ਼ਤ ਐਸੀ ਸਜ਼ਾ ਦਿਓ ਕਿ ਪੀੜ੍ਹੀਆਂ ਦੇਖਣ ਪੀੜ੍ਹੀਆਂ ਦਹਿਲ ਜਾਣ ਲੇਕਿਨ ਕਰਦਾ ਕੋਈ ਹੈ ਅਤੇ ਮਰਦਾ ਕੋਈ ਹੈ ਇਹ ਮਨਜ਼ੂਰ ਨਹੀਂ।